ਉਸਦੇ ਲੈਕਚਰ ਹੌਲੀ-ਹੌਲੀ ਹੱਥ ਯੋਗ ਪਛੜ ਗਿਆ। ਉਹਦੇ ਪਛੜ ਜਾਣ ਦਾ ਕਾਰਨ ਹੋਇਆ ਕਿ ਉਹਦੀਆਂ ਇੰਨੀਆਂ ਲੰਮੀਆਂ ਪ੍ਰਕਿਰਿਆਵਾਂ ਸਨ। ਪਰ ਮੈਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਜੇਕਰ ਵਿਗਿਆਨ ਦਾ ਸਹਾਰਾ ਲੈ ਕੇ ਪ੍ਰਕਿਰਿਆਵਾਂ ਕੀਤੀਆਂ ਗਈਆਂ ਤਾਂ ਹੱਥ ਯੋਗ ਵਾਪਸ ਪਰਤ ਆਏਗਾ। ਕਿਉਂਕਿ ਹੁਣ 35 ਸਾਲ ਲਗਾਉਣ ਦੀ ਲੋੜ ਨਹੀਂ ਹੈ। ਮੈਂ ਸਮਝਦਾ 5 ਸਾਲ ਚ ਵੀ ਹੋ ਸਕਦੀ ਹੈ ਇਹ ਗੱਲ ਤੇ ਜੇਕਰ ਵਿਗਿਆਨ ਦਾ ਪੂਰਾ ਉਪਯੋਗ ਕੀਤਾ ਜਾਏ ਤਾਂ ਇੰਨਾ ਸਮਾਂ ਗੁਆਉਣ ਦੀ ਲੋੜ ਨਹੀਂ ਹੈ ਹੋਰ ਸਮਾਂ ਬਚਾਇਆ ਜਾ ਸਕਦਾ ਹੈ ਪਰ ਵਿਗਿਆਨਕ ਹੱਥ ਯੋਗ ਦੇ ਪੈਦਾ ਹੋਣ ਚ ਅਜੇ ਸਮਾਂ ਹੈ ਅਜੇ ਸਮਾਂ ਲੱਗ ਸਕਦਾ ਹੈ ਮੈਂ ਮੰਨਦਾ ਕਿ ਵਿਗਿਆਨਕ ਹੱਥ ਯੋਗ ਹਿੰਦੁਸਤਾਨ ਚ ਪੈਦਾ ਨਹੀਂ ਹੋਏਗਾ ਪੱਛਮ ਵਿੱਚ ਹੀ ਪੈਦਾ ਹੋਏਗਾ ਕਿਉਂਕਿ ਸਾਡੀ ਕੋਈ ਵਿਗਿਆਨਕ ਸਥਿਤੀ ਨਹੀਂ ਹੈ ਸਮਾਂ ਬਚਾਇਆ ਜਾ ਸਕਦਾ ਹੈ ਪਰ ਬਚਾਏ ਜਾਣ ਦਾ ਕੋਈ ਖਾਸ ਮਕਸਦ ਨਹੀਂ ਹੈ ਕੁਝ ਖਾਸ ਹਾਲਤਾਂ ਵਿੱਚ ਸਮਾਂ ਬਚਾਏ ਜਾਣ ਦਾ ਮਕਸਦ ਹੋ ਸਕਦਾ ਹੈ ਤਾਂ ਉਹ ਘਟਨਾ ਵੀ ਸਕੂਲ ਦੇ ਅੰਦਰ ਹੀ ਵਾਪਰੇਗੀ ਜਿਵੇਂ ਹੋ ਸਕਦਾ ਹੈ ਸ਼ੰਕਰਾਚਾਰੀਆ ਦਾ ਹੁਣ ਸ਼ੰਕਰਾਚਾਰੀਏ ਦੀ ਲਈ ਤਾਂ ਕੋਈ ਉਪਯੋਗ ਨਹੀਂ ਹੈ ਬਚਣ ਦਾ ਪਰ ਦੂਜਿਆਂ ਦੇ ਲਈ ਉਪਯੋਗ ਹੋ ਸਕਦਾ ਹੈ ਇਸ ਲਈ ਹੱਥ ਯੋਗ ਦੀ ਗੱਲ ਵਿੱਚ ਕਿਤੇ ਕੋਨੇ ਤੇ ਇੱਕ ਜਾਨ ਹੈ ਉਹ ਇਹ ਹੈ ਕਿ ਸ਼ੰਕਰਚਾਰੀਆ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਮੰਨਿਆ ਕਿ ਤੁਹਾਡੇ ਲਈ ਕੋਈ ਉਪਯੋਗ ਨਹੀਂ ਹੈ ਪਰ ਜੇਕਰ ਤੁਸੀਂ 35 ਸਾਲ ਹੋਰ ਬਚ ਜਾਂਦੇ ਤਾਂ ਹੋਰ ਬਹੁਤ ਲੋਕਾਂ ਲਈ ਉਪਯੋਗੀ ਹੈ ਇਸੇ ਰਾਹ ਤੋਂ ਹਾਠ ਯੋਗ ਵਾਪਸ ਆ ਸਕਦਾ ਹੈ ਨਹੀਂ ਤਾਂ ਨਹੀਂ ਆ ਸਕਦਾ ਤੇ ਸਰੀਰ ਦਾ ਜੋ ਐਡਜਸਟਮੈਂਟ ਟੁੱਟ ਜਾਂਦਾ ਉਹ ਲਗਭਗ ਮਾਮਲਾ ਐਵੇਂ ਹੀ ਹੈ ਜਿਵੇਂ ਕਿ ਕਾਰ ਦਾ ਇੰਜਨ ਇੱਕ ਵਾਰ ਖੋਲੋ ਫਿਰ ਦੁਬਾਰਾ ਵੀ ਕੱਸਿਆ ਜਾਂਦਾ ਪਰ ਕਾਰ ਦੀ ਲਾਈਫ ਤਾਂ ਘਟ ਹੋ ਹੀ ਜਾਂਦੀ ਹੈ ਇਸ ਲਈ ਕਾਰ ਖਰੀਦਣ ਵਾਲਾ ਪਹਿਲਾਂ ਪੁੱਛਦਾ ਵੀ ਇੰਜਨ ਖੋਲਿਆ ਤਾਂ ਨਹੀਂ ਗਿਆ ਕਿਉਂਕਿ ਇੰਜਨ ਬਿਲਕੁਲ ਠੀਕ ਜੁੜ ਗਿਆ ਹੋਵੇ ਫਿਰ ਵੀ ਲਾਈਫ ਘਟ ਹੋਈ ਜਾਂਦੀ ਹੈ ਜ਼ਿੰਦਗੀ ਘਟ ਹੋਈ ਜਾਂਦੀ ਹੈ ਕਿਉਂਕਿ ਉਹ ਠੀਕ ਉਹੀ ਨਹੀਂ ਹੋ ਸਕਦਾ ਜੋ ਸੀ ਉਸ ਤੋਂ ਥੋੜਾ ਜਿਹਾ ਫਰਕ ਵੀ ਫਰਕ ਲੈ ਆਉਂਦਾ ਹੈ ਫਿਰ ਸਾਡੇ ਸਰੀਰ 'ਚ ਕੁਝ ਤੱਤ ਜਏ ਹਨ ਜੋ ਬਹੁਤ ਛੇਤੀ ਮਰ ਜਾਂਦੇ ਹਨ ਕੁਝ ਤੱਤ ਜਏ ਹਨ ਜੋ ਮਰਨ 'ਚ ਦੇਰ ਲਾਉਂਦੇ ਹਨ ਕੁਝ ਤੱਤ ਜਏ ਹੈ ਜੋ ਬੰਦਾ ਮਰ ਜਾਂਦਾ ਹੈ ਉਹਦੇ ਬਾਅਦ ਵੀ ਨਹੀਂ ਮਰਦਾ ਸ਼ਮਸ਼ਾਨ ਵਿੱਚ ਵੀ ਨੌ ਵਧਦੇ ਰਹਿੰਦੇ ਹਨ ਬੰਦੇ ਦੇ ਕਬਰ ਵਿੱਚ ਵੀ ਵਾੜ ਵਧਦੇ ਰਹਿੰਦੇ ਹਨ ਕਬਰ ਵਿੱਚ ਗੱਡੇ ਹੋਏ ਬੰਦੇ ਦੇ ਵਾਲਾਂ ਦਾ ਵਧਣਾ ਜਾਰੀ ਰਹਿੰਦਾ ਹੈ ਨਹ ਦਾ ਵਧਣਾ ਜਾਰੀ ਰਹਿੰਦਾ ਹੈ ਉਹ ਬੰਦਾ ਮਰ ਗਿਆ ਪਰ ਨਹ ਤੇ ਵਾਲ ਮਰਨ ਨੂੰ ਇੰਨੀ ਛੇਤੀ ਰਾਜ਼ੀ ਨਹੀਂ ਹੁੰਦੇ ਉਹ ਆਪਣਾ ਕੰਮ ਜਾਰੀ ਰੱਖਦੇ ਹੈ ਉਹਨਾਂ ਨੂੰ ਮਰਨ ਵਿੱਚ ਬਹੁਤ ਸਮਾਨ ਲੱਗਦਾ ਹੈ ਤਾਂ ਸਰੀਰ ਜਦ ਮਰਦਾ ਹੈ ਤਾਂ ਉਸ ਵਿੱਚ ਮਰਨ ਚ ਕਈ ਤਲਾਂ ਤੇ ਮੌਤ ਵਾਪਰਦੀ ਹੈ ਅਸਲ ਚ ਸਰੀਰ ਚ ਬਹੁਤ ਤਰ੍ਹਾਂ ਦੇ ਸੰਸਥਾਨ ਆਟੋਮੈਟਿਕ ਹਨ ਜਿਨ੍ਹਾਂ ਦੇ ਲਈ ਤੁਹਾਡੀ ਆਤਮਾ ਦੀ ਮੌਜੂਦਗੀ ਵੀ ਲਾਜ਼ਮੀ ਨਹੀਂ ਹੈ ਜਿਵੇਂ ਮੈਂ ਇੱਥੇ ਬੈਠਾ ਹਾਂ ਮੈਂ ਬੋਲ ਰਿਹਾ ਜੇਕਰ ਮੈਂ ਇਸ ਕਮਰੇ ਤੋਂ ਬਾਹਰ ਚਲਿਆ ਜਾਵਾਂ ਤਾਂ ਬੋਲਣਾ ਤਾਂ ਬੰਦ ਹੋ ਜਾਏਗਾ ਪਰ ਪੱਖਾ ਚੱਲਦਾ ਰਹੇਗਾ ਕਿਉਂਕਿ ਪੱਖੇ ਦਾ ਆਪਣਾ ਆਟੋਮੈਟਿਕ ਇੰਤਜ਼ਾਮ ਹੈ ਉਹਦਾ ਮੇਰੀ ਮੌਜੂਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੇ ਇੰਤਜ਼ਾਮ ਹਨ ਇਕ ਤਾਂ ਇੰਤਜ਼ਾਮ ਹੈ ਜੋ ਸਾਡੀ ਚੇਤਨਾ ਦੇ ਹਟਦੇ ਹੀ ਖਤਮ ਹੋ ਜਾਏਗਾ। ਇੱਕ ਇੰਤਜ਼ਾਮ ਅਜੇ ਹੈ ਜੋ ਕਿ ਸਾਡੀ ਚੇਤਨਾ ਦੇ ਹਟਣ ਤੇ ਵੀ ਥੋੜੀ ਦੇਰ ਕੰਮ ਕਰਦਾ ਰਹੇਗਾ। ਕੁਝ ਇੰਤਜ਼ਾਮ ਇੰਨੇ ਆਟੋਮੈਟਿਕ ਤੇ ਬਿਲਟ-ਇਨ ਹਨ ਕਿ ਉਹ ਦੇਰ ਤੱਕ ਕੰਮ ਕਰਦਾ ਰਹੇਗਾ। ਚੇਤਨਾ हट ਜਾਏਗੀ ਉਹ ਆਪਣਾ ਕੰਮ ਉਹਨੂੰ ਪਤਾ ਹੀ ਹੈ ਨਹੀਂ ਚੱਲੇਗਾ। ਵਾਲ ਨੂੰ ਕਿਰਿਆਨੰਦ ਚੱਲ ਵਸੇ ਉਹ ਆਪਣਾ ਕੰਮ ਕਰਦਾ ਰਹੇਗਾ। ਪਤਾ ਲੱਗਦੇ ਲੱਗਦੇ ਉਹਨੂੰ ਬਹੁਤ ਦੇਰ ਹੋ ਜਾਏਗੀ ਬਹੁਤ ਸਮਾਂ ਲੱਗ ਜਾਏਗਾ ਜਦੋਂ ਉਹਨੂੰ ਪਤਾ ਚੱਲੇਗਾ ਤਾਦੋਂ ਮਰੇਗਾ ਕਿ ਇਹ ਆਦਮੀ ਤਾਂ ਗਿਆ ਹੁਣ ਅਸੀਂ ਬੰਦ ਹੋ ਜਾਈਏ ਹੁਣ ਵਧਣਾ ਨਹੀਂ ਚਾਹੀਦਾ ਤੇ ਸਾਡੇ ਅੰਦਰ ਕੁਝ ਤੱਤ ਹਨ ਜੋ ਬੜੀ ਛੇਤੀ ਮਰਦੇ ਆ ਕੁਝ ਤੱਤ ਹੈ ਜੋ 6 ਸਕਿੰਟ ਚ ਮਰ ਜਾਂਦੇ ਆ ਜਿਵੇਂ ਹਾਰਟ ਅਟੈਕ ਹੁੰਦਾ ਹੈ ਇੱਕ ਆਦਮੀ ਨੂੰ ਦਿਲ ਦੇ ਦੌਰੇ ਨਾਲ ਜੋ ਆਦਮੀ ਮਰਦਾ ਹੈ ਜੇਕਰ 6 ਸਕਿੰਟ ਦੇ ਅੰਦਰ ਉਹਨੂੰ ਸਹਾਇਤਾ ਪਹੁੰਚਾਈ ਜਾ ਸਕੇ ਤਾਂ ਬਚ ਵੀ ਸਕਦਾ ਹੈ ਕਿਉਂਕਿ ਅਸਲ ਚ ਹਾਰਟ ਅਟੈਕ ਦੀ ਕੋਈ ਮੌਤ ਨਹੀਂ ਹੈ ਸਿਰਫ ਸਟ੍ਰਕਚਰਲ ਪੁੱਲ ਹੈ ਪਿਛਲੇ ਮਹਾਯੋਧ ਚ ਰੂਸ ਚ ਕੋਈ 50 ਆਦਮੀ ਬਚਾਈ ਗਏ ਯੁੱਧ ਦੇ ਮੈਦਾਨ ਚ ਜੋ ਦਿਲ ਦੇ ਦੌਰੇ ਨਾਲ ਡਿੱਕੇ ਮਰ ਗਏ ਉਹਨਾਂ ਨੂੰ 6 ਸਕਿੰਟ ਦੇ ਅੰਦਰ ਜੇਕਰ ਸਹਾਇਤਾ ਪਹੁੰਚਾਈ ਜਾ ਸਕੇ ਤਾਂ ਬਚ ਗਏ ਪਰ 6 ਸਕਿੰਟ ਤੋਂ ਜੇਕਰ ਜ਼ਿਆਦਾ ਦੇਰ ਲੱਗ ਜਾਏ ਤਾਂ ਕੁਝ ਤਤ ਤਦ ਤੱਕ ਖਤਮ ਹੋ ਜਾਣਗੇ ਉਹਨਾਂ ਨੂੰ ਫਿਰ ਦੁਬਾਰਾ ਜਿਉਂਦਾ ਕਰਨਾ ਮੁਸ਼ਕਲ ਹੋ ਜਾਏਗਾ ਜਿਵੇਂ ਸਾਡੇ ਮੱਥੇ ਦੇ ਜਿੰਨੇ ਵੀ ਡੈਲੀਕੇਟ ਹਿੱਸੇ ਹਨ ਬਹੁਤ ਜਲਦੀ ਮਰਦੇ ਆ ਇਕਦਮ ਮਰ ਜਾਂਦੇ ਆ ਤਾ ਜੇਕਰ ਤੇਜਸ ਸਰੀਰ ਬਹੁਤ देर ਬਾਹਰ ਰਹਿ ਜਾਏ ਤਾਂ ਇਸ ਇਸ ਸਰੀਰ ਦੀ ਸੁਰੱਖਿਆ ਕਰਨੀ ਬਹੁਤ ਲਾਜ਼ਮੀ ਹੈ ਨਹੀਂ ਤਾਂ ਇਹਦੇ ਚੋਂ ਕੁਝ ਹਿੱਸੇ ਮਰ ਜਾਣਗੇ ਹਾਲਾਂਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿੰਨੀ ਦੇਰ ਤੇਜਸ ਸਰੀਰ ਬਾਹਰ ਰਿਹਾ ਕਿਉਂਕਿ ਦੋਹਾਂ ਦਾ ਟਾਈਮ ਸਕੇਲ ਵੱਖ ਹੈ ਯਾਨੀ ਜਿਵੇਂ ਕਿ ਮੇਰਾ ਸਰੀਰ ਤੇਜਸ ਬਾਹਰ ਨਿਕਲ ਜਾਏ ਸੂਖਮ ਸਰੀਰ ਤਾਂ ਮੈਨੂੰ ਲੱਗੇਗਾ ਕਿ ਮੈਂ ਸਾਲਾਂ ਬਾਹਰ ਰਿਹਾ ਪਰਤਕੇ ਜਾਦਾ ਮਾਂ ਤਾਂ ਦੇਖਾਂ ਕਿ ਘੜੀ 'ਚ ਸਿਰਫ 1 ਸਕਿੰਟ ਹੀ ਲੰਘਿਆ ਟਾਈਮ ਸਕੇਲ ਵੱਖ ਹੈ ਜਿਵੇਂ ਇੱਕ ਆਦਮੀ ਨੂੰ ਚਪਕੀ ਲੱਗ ਜਾਏ ਚਪਕੀ 'ਚ ਉਹ ਇੱਕ ਸੁਪਨਾ ਦੇਖੇ ਸੁਪਨੇ 'ਚ ਉਹਦਾ ਵਿਆਹ ਹੋ ਰਿਹਾ ਹੈ ਬਰਾਤ ਨਿਕਲ ਰਹੀ ਹੈ ਬੱਚੇ ਹੋ ਗਏ ਆ ਬੱਚਿਆਂ ਦਾ ਵਿਆਹ ਹੋ ਰਿਹਾ ਤੇ ਨੀਂਦ ਖੁੱਲੇ ਤੇ ਉਹ ਸਾਨੂੰ ਕਹੇ ਕਿ ਮੈਂ ਇੰਨਾ ਲੰਮਾ ਸੁਪਨਾ ਦੇਖਿਆ ਕਿ ਮੇਰਾ ਵਿਆਹ ਹੋ ਗਿਆ ਫਿਰ ਮੇਰੇ ਬੱਚੇ ਹੋ ਗਏ ਫਿਰ ਬੱਚਿਆਂ ਦਾ ਵਿਆਹ ਹੋ ਰਿਹਾ ਅਸੀਂ ਉਹਨੂੰ ਕਹੀਏ ਵੀ ਅਜੇ ਤਾਂ ਸਿਰਫ 1 ਮਿੰਟ ਹੋਇਆ ਤੈਨੂੰ ਚਪਕੀ ਲੱਤਿਆ 1 ਮਿੰਟ 'ਚ ਇੰਨਾ ਲੰਮਾ ਸੁਪਨਾ ਕਿਵੇਂ ਹੋ ਸਕਦਾ ਹੈ ਟਾਈਮ ਸਕੇਲ ਵੱਖਰਾ ਹੈ 1 ਮਿੰਟ 'ਚ ਇੰਨਾ ਲੰਮਾ ਸੁਪਨਾ ਹੋ ਸਕਦਾ ਹੈ ਕਿਉਂਕਿ ਸੁਪਨੇ ਦੀ ਜੋ ਸਮਾਂ ਸਾਰਨੀ ਹੈ ਉਹ ਸਾਡੇ ਜਾਗਣ ਦੀ ਸਮਾਂ ਸਾਰਨੀ ਤੋਂ ਬਹੁਤ ਵੱਖਰੀ ਹੈ ਬਹੁਤ ਤੇਜ਼ ਹੈ ਬਹੁਤ ਸਪੀਡੀ ਹੈ ਤਾਂ ਤੇਜ਼ ਸਰੀਰ 1 ਮਿੰਟ ਲਈ ਬਾਹਰ ਰਹੇ ਤਾਂ ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਸਾਲਾਂ ਬਾਹਰ ਘੁੰਮੇ ਇਹ ਤੋਂ ਅੰਦਾਜ਼ਾ ਨਹੀਂ ਲੱਗਦਾ ਕਿ ਤੁਸੀਂ ਕਿੰਨੀ ਦੇਰ ਬਾਹਰ ਰਹੇ ਇਸ ਸਰੀਰ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਇਹਦੀ ਸੁਰੱਖਿਆ ਦੀਆਂ ਬੜੀਆਂ ਕਠਿਨਾਈਆਂ ਹਨ। ਇਹਨੂੰ ਜੇਕਰ ਸੁਰੱਖਿਅਤ ਰੱਖਣ ਦਾ ਇੰਤਜ਼ਾਮ ਪੂਰਾ ਹੋਵੇ ਤਾਂ ਬਹੁਤ ਦੇਰ ਤੱਕ ਬਾਹਰ ਰਹਿ ਜਾ ਸਕਦੇ। ਸ਼ੰਕਰਾਚਾਰੀਆ ਦੇ ਜੀਵਨ ਦੀ ਇੱਕ ਕਠਿਨਾਈ ਜੋ ਸਮਝਣ ਜਈਏ। 6 ਮਹੀਨੇ ਬਾਹਰ ਰਹੇ। ਸਾਡੇ ਟਾਈਮ ਸਕੇਲ ਨਾਲੋਂ ਤੇ ਜਿਸ ਸਰੀਰ ਦੇ ਟਾਈਮ ਸਕੇਲ ਨਾਲ ਕਿੰਨੀ ਦੇਰ ਬਾਹਰ ਰਹੇ ਉਹਦੀ ਕੋਈ ਗੱਲ ਕਰਨੀ ਬੇਕਾਰ ਹੈ। ਸਾਡੇ ਸਮੇਂ ਦੇ ਹਿਸਾਬ ਨਾਲ 6 ਮਹੀਨੇ ਸਰੀਰ ਤੋਂ ਬਾਹਰ ਰਹੇ। ਇਕ ਕੇਸਤਰੀ ਨੇ ਉਹਨਾਂ ਨੂੰ ਝੰਝੜ ਚ ਪਾ ਦਿੱਤਾ ਮੰਡਨ ਨਾਲ ਉਹਨਾਂ ਦੀ ਬਹਿਸ ਹੋਈ ਮੰਡਨ ਹਾਰ ਗਿਆ ਪਰ ਉਹਨਾਂ ਦੀ ਪਤਨੀ ਨੇ ਇੱਕ ਵੱਡੀ ਜਨਾਨਾ ਦਲੀਲ ਦਿੱਤੀ ਜੋ ਸਿਰਫ ਔਰਤਾਂ ਦੇ ਸਕਦੀਆਂ ਉਹਨੇ ਕਿਹਾ ਜੇ ਸਿਰਫ ਅੱਧੇ ਮੰਡਨ ਮਿਸ਼ਰ ਹਾਰੇ ਅੱਧੀ ਤਾਂ ਮੈਂ ਅੱਧੀ ਤਾਂ ਮੈਂ ਅਜੇ ਜਿਉਂਦੀ ਆ ਅਰਧਾਂਗਣੀ ਤਾਂ ਜਦ ਤੱਕ ਮੈਂ ਵੀ ਨਾ ਹਾਰ ਜਵਾਂ ਤਦ ਤੱਕ ਪੂਰੇ ਮੰਡਨ ਮਿਸ਼ਰ ਹਾਰ ਗਏ ਅਜਿਹਾ ਤੁਸੀਂ ਨਹੀਂ ਕਹਿ ਸਕੋਗੇ ਸ਼ੰਕਰ ਵੀ ਮੁਸੀਬਤ ਚ ਪੈ ਗਏ ਗਲਤ ਤਾਂ ਠੀਕ ਹੀ ਸੀ ਹਾਲਾਂਕਿ ਬੇਅਰਥੀ ਸੀ ਮੰਡਨ ਮੇਸ਼ਰ ਪੂਰੇ ਹਾਰ ਗਏ ਸਨ ਇਸਤਰੀ ਦੇ ਅਰਧੰਗਣੀ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਗਾਮਾ ਪਹਿਲਾਂ ਉਹਦੇ ਪਤੀ ਨੂੰ ਹਰਾਵੇ ਫਿਰ ਉਹਦੀ ਪਤਨੀ ਨੂੰ ਵੀ ਹਰਾਵੇ ਤਾਂ ਦੋ ਜੇਤੂ ਐਲਾਨਿਆ ਜਾਵੇ ਇਹ ਮਤਲਬ ਨਹੀਂ ਹੁੰਦਾ ਪਰ ਉਹ ਜੋ ਭਾਰਤੀ ਸੀ ਮੰਡਨ ਮੇਸ਼ਰ ਦੀ ਪਤਨੀ ਉਹ ਵੀ ਬਹਿਸ ਦੇ ਯੋਗ ਸੀ ਬਹੁਤ ਘੱਟ ਵਿਦੂਸ਼ੀ ਇਸਤਰੀਆਂ ਉਸ ਹیثیت ਵਿੱਚ ਹੋਈਆਂ ਤੇ ਸ਼ੰਕਰ ਨੇ ਸੋਚਿਆ ਚਲੋ ਇਹ ਵੀ ਠੀਕ ਹੈ ਇਕ ਆਨੰਦ ਰਹੇਗਾ ਤੇ ਜਦ ਮੰਡਨ ਹਾਰ ਗਏ ਤਾਂ ਭਾਰਤੀ ਕਿੰਨੀ ਕੁ ਦਿਨ ਟਿਕੇਗੀ ਪਰ ਭੁੱਲ ਹੋ ਗਈ ਪੁਰਸ਼ ਨੂੰ ਹਰਾਉਣਾ ਬਹੁਤ ਸੌਖਾ ਹੈ ਇਸਤਰੀ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਪੁਰਸ਼ ਦੇ ਹਾਰਨ ਤੇ ਜਿੱਤਣ ਦੀਆਂ ਦਲੀਲਾਂ ਵੱਖਰੀਆਂ ਹੁੰਦੀਆਂ ਹੈ ਇਸਤਰੀ ਦੀਆਂ ਦਲੀਲਾਂ ਵੱਖਰੀਆਂ ਹੁੰਦੀਆਂ ਹੈ ਅਸਲ 'ਚ ਉਹਨਾਂ ਦੀ ਦਲੀਲ ਹੀ ਵੱਖਰੀ ਹੁੰਦੀ ਹੈ ਇਸ ਲਈ ਆਮ ਤੌਰ ਤੇ ਪਤੀ ਪਤਨੀ ਇੱਕ ਦੂਜੇ ਦੀ ਗੱਲ ਨਹੀਂ ਸਮਝ ਪਾਉਂਦੇ ਕਿ ਕੌਣ ਕੀ ਕਹਿ ਰਿਹਾ ਹੈ ਕਿਉਂਕਿ ਉਹਨਾਂ ਦੇ ਦਲੀਲਾਂ ਦੇਣ ਦੇ ਢਾਂਗ ਹੀ ਵੱਖੋ ਵੱਖਰੇ ਹੁੰਦੇ ਆ ਉਹਨਾਂ 'ਚ ਕੋਈ ਤਾਲਮੇਲ ਨਹੀਂ ਹੁੰਦਾ ਆਮ ਤੌਰ ਤੇ ਉਹ ਪੈਰਲਲ ਹੁੰਦੇ ਹਨ ਪਰ ਮਿਲਦੇ ਕਿਤੇ ਨਹੀਂ ਸ਼ੰਕਰ ਨੇ ਸੋਚਿਆ ਬ੍ਰਹਮ ਵਗੈਰਾ ਦੀ ਗੱਲ ਹੋਏਗੀ ਪਰ ਉਸ ਭਾਰਤੀ ਨੇ ਬ੍ਰਹਮ ਬ੍ਰਹਮ ਦੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹ ਤਾਂ ਦੇਖ ਹੀ ਚੁੱਕੀ ਹੈ ਕਿ ਮੰਡਨ ਮਿਸ਼ਰ ਦਿੱਕਤ 'ਚ ਪੈ ਗਏ ਬ੍ਰਹਮ ਤੇ ਮਾਇਆ ਨਹੀਂ ਚੱਲੇਗੀ ਉਨੀ ਸ਼ੰਕਰ ਨੂੰ ਕਿਹਾ ਕਿ ਮੈਨੂੰ ਕਾਮਸ਼ਾਸਤਰ ਦੇ ਸਬੰਧ ਚ ਕੁਝ ਦੱਸੋ ਸ਼ੰਕਰ ਮੁਸ਼ਕਲ ਚ ਪੈ ਗਏ ਸ਼ੰਕਰ ਨੇ ਕਿਹਾ ਕਿ ਮੈਂ ਨਿਰੋਲ ਬ੍ਰਹਮਚਾਰੀ ਹਾਂ ਕਿਰਪਾ ਕਰਕੇ ਕਾਮਸ਼ਾਸਤਰ ਦੇ ਸਬੰਧ ਚ ਮੈਥੋਂ ਕੁਝ ਨਾ ਪੁੱਛੋ ਪਰ ਉਹਨੇ ਕਿਹਾ ਕਿ ਜੇਕਰ ਕਾਮਸ਼ਾਸਤਰ ਦੇ ਸਬੰਧ ਚ ਤੁਸੀਂ ਕੁਝ ਵੀ ਨਹੀਂ ਜਾਣਦੇ ਤਾਂ ਹੋਰ ਕੀ ਜਾਣ ਸਕਦੇ ਹੋ ਜਦ ਇੰਨਾ ਕੋ ਪਤਾ ਨਹੀਂ ਤਾਂ ਬ੍ਰਹਮ ਮਾਇਆ ਵਗੈਰਾ ਕੀ ਜਾਣਦੇ ਹੋਗੇ ਤੇ ਜਿਹਨੂੰ ਤੁਸੀਂ ਮਾਇਆ ਕਹਿ ਰਹੇ ਹੋ ਜਿਸ ਜਗਤ ਨੂੰ ਉਹਦੀ ਉਤਪਤੀ ਜਿੱਥੋਂ ਤੋਂ ਹੈ ਉਦੇ ਸੰਬੰਧ ਵਿੱਚ ਕੁਝ ਗੱਲ ਕਰਨੀ ਪਵੇਗੀ ਮੈਂ ਤਾਂ ਉਸੇ ਤੇ ਬਹਿਸ ਕਰਾਂਗੀ ਤਾਂ ਸ਼ੰਕਰ ਨੇ ਕਿਹਾ 6 ਮਹੀਨੇ ਦੀ ਮੌਲਤ ਮੈਨੂੰ ਦੇ ਦਿਓ ਮੈਂ ਸਿੱਖਿਆ ਵਾਂ ਕਿਉਂਕਿ ਇਹਨੂੰ ਮੈਂ ਕਦੇ ਸਿੱਖਿਆ ਨਹੀਂ ਇਹ ਮੈਂ ਕਦੇ ਜਾਣਿਆ ਨਹੀਂ ਇਹ ਰਾਜ਼ ਮੈਨੂੰ ਪਤਾ ਨਹੀਂ ਸ਼ੰਕਰ ਨੂੰ ਆਪਣਾ ਸਰੀਰ ਛੱਡ ਕੇ ਦੂਜੇ ਸਰੀਰ 'ਚ ਪਰਵੇਸ਼ ਕਰਨਾ ਪਿਆ ਇਹ ਸਰੀਰ ਤੋਂ ਵੀ ਉਹ ਜਾਣ ਸਕਦੇ ਸੀ ਕੋਈ ਪੁੱਛ ਸਕਦਾ ਹੈ ਇਹ ਸਰੀਰ ਤੋਂ ਵੀ ਉਹ ਜਾਣ ਸਕਦੇ ਸੀ ਪਰ ਇਸ ਸਰੀਰ ਦੀ ਪੂਰੀ ਧਾਰ ਅੰਤਰ ਪ੍ਰਵਾਹਤ ਹੋ ਚੁੱਕੀ ਸੀ ਉਦਾ ਬਾਹਰ ਪਰਤਣਾ ਮੁਸ਼ਕਲ ਸੀ ਉਹ ਕਿਸੇ ਇਸਤਰੀ ਨਾਲ ਇਸ ਸ਼ਰੀਰ ਨਾਲ ਵੀ ਸਬੰਧਤ ਹੋ ਸਕਦੇ ਸਨ ਆਖਰ ਜੇਕਰ ਜਾਣਣੀ ਗਈ ਸੀ ਤਾਂ ਇਸੇ ਸ਼ਰੀਰ ਨਾਲ ਹੀ ਕਿਸੇ ਇਸਤਰੀ ਨੂੰ ਜਾਣ ਸਕਦੇ ਸੀ ਪਰ ਇਸ ਸ਼ਰੀਰ ਦੀ ਸਾਰੀ ਧਾਰ ਅੰਤਰ ਪ੍ਰਵਾਹਤ ਹੋ ਗਈ ਸੀ ਇਹ ਸ਼ਰੀਰ ਦੀ ਧਾਰ ਨੂੰ ਬਾਹਰ ਪ੍ਰਵਾਹਤ ਕਰਨਾ 6 ਮਹੀਨੇ ਤੋਂ ਵੀ ਲੰਮਾ ਕੰਮ ਸੀ ਉਹ ਸੌਖੀ ਘਟਨਾ ਨਹੀਂ ਸੀ ਉਹ ਬਹੁਤ ਮੁਸ਼ਕਲ ਮਾਮਲਾ ਸੀ ਇੱਕ ਵਾਰ ਬਾਹਰ ਤੋਂ ਅੰਦਰ ਲੈ ਜਾਣਾ ਬਹੁਤ ਸੌਖਾ ਹੈ ਅੰਦਰ ਤੋਂ ਬਾਹਰ ਲਿਆਉਣਾ ਬਹੁਤ ਹੀ ਮੁਸ਼ਕਿਲ ਹੈ ਕੰਕਰ ਛੱਡ ਕੇ ਹੀਰੇ ਚੁੱਕ ਲੈਣਾ ਬਹੁਤ ਸੌਖਾ ਹੈ ਪਰ ਹੀਰੇ ਛੱਡ ਕੇ ਕੰਕਰ ਚੁੱਕਣਾ ਬਹੁਤ ਮੁਸ਼ਕਿਲ ਹੈ ਉਹ ਮੁਸ਼ਕਿਲ ਚ ਪੈ ਗਏ ਇਸ ਸਰੀਰ ਨਾਲ ਕੁਝ ਵੀ ਨਹੀਂ ਹੋ ਸਕਦਾ ਤਾਂ ਉਹਨਾਂ ਦੇ ਮਿੱਤਰਾਂ ਨੂੰ ਭੇਜਿਆ ਕਿ ਪਤਾ ਲਾਓ ਕੋਈ ਸਰੀਰ ਹੁਣੇ ਮਰਿਆ ਹੋਵੇ ਤਾਂ ਮੈਂ ਉਸ ਚ ਪ੍ਰਵੇਸ਼ ਕਰ ਜਾਵਾਂ ਪਰ ਜਦ ਤੱਕ ਮੈਂ ਪਰਤਾਂ ਤਦ ਤੱਕ ਮੇਰੇ ਸਰੀਰ ਨੂੰ ਸੁਰੱਖਿਅਤ ਰੱਖਣਾ 6 ਮਹੀਨੇ ਤੱਕ ਕੋਈ ਕਿ ਰਾਜੇ ਦੇ ਸਰੀਰ ਚ ਪ੍ਰਵੇਸ਼ ਕਰਕੇ ਜੀਵੇ ਤੇ ਵਾਪਸ ਪਰਤੇ ਇੱਥੇ ਮਿਨੇ ਸ਼ੰਕਰ ਦਾ ਸਰੀਰ ਸੁਰੱਖਿਅਤ ਰੱਖਿਆ ਗਿਆ ਹੈ। ਇਹ ਸੁਰੱਖਿਆ ਬੜੀ ਮੁਸ਼ਕਿਲ ਹੈ। ਇਸ ਥੋੜੀ ਜੀ ਭੁੱਲ ਚ ਖੋਈ ਕੇ ਵਾਪਸ ਪਰਤਣਾ ਮੁਸ਼ਕਿਲ ਹੋ ਜਾਏ। ਇਹਨੂੰ ਸੁਰੱਖਿਅਤ ਰੱਖਣ 'ਚ ਬੜੇ ਡਿਵੋਟਿਡ ਆਦਮੀਆਂ ਨੇ ਕੰਮ ਕੀਤਾ ਜਿਨ੍ਹਾਂ ਦੇ ਸਮਰਪਣ ਦਾ ਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਹਨਾਂ ਨੇ ਕੀ ਕੀਤਾ ਹੋਵੇਗਾ। ਜਿਵੇਂ ਮੈਂ ਤੁਹਾਨੂੰ ਕਿਹਾ ਹੈ। ਤਿੱਬਤ ਦਾ ਸਾਧਕ ਪ੍ਰਯੋਗ ਕਰਦਾ ਹੈ ਕਿ ਬੈਠਾ ਹੈ ਠੰਡ ਵਿੱਚ ਤੇ ਪਸੀਨਾ ਝੋ ਰਿਹਾ ਹੈ। ਇਹ ਸਿਰਫ ਸੰਕਲਪ ਨਾਲ ਹੁੰਦਾ ਹੈ। ਸੰਕਲਪ ਨਾਲ ਉਹ ਇਸ ਤੱਥ ਨੂੰ ਝੂਠ ਲਾਉਂਦਾ ਹੈ ਕਿ ਸਰਦੀ ਪੈ ਰਹੀ ਹੈ। ਸੰਕਲਪ ਨਾਲ ਉਹ ਇਸ ਤੱਥ ਨੂੰ ਖੜਾ ਕਰਦਾ ਹੈ ਕਿ ਧੁੱਪ ਪੈ ਰਹੀ ਹੈ ਤੇ ਗਰਮੀ ਹੈ। ਹਾਲਾਤ ਨੂੰ ਉਹ ਮੰਨਦੇ ਹਾਲਾਤ ਦੇ ਹੀਟਾ ਲਿਆਉਂਦਾ ਹੈ। ਹਾਲਾਤ ਤਾਂ ਬਰਫ਼ ਪੈਣ ਦੇ ਹਨ। ਉਹ ਅੱਖਾਂ ਬੰਦ ਕਰਕੇ ਇਸ ਹਾਲਾਤ ਨੂੰ ਇਨਕਾਰ ਕਰ ਦਿੰਦਾ। ਉਹ ਕਹਿੰਦਾ ਝੂਠ ਹੈ ਇਹ ਗੱਲ ਕਿ ਬਰਫ਼ ਪੈ ਰਹੀ ਹੈ। ਮੈਂ ਤਾਂ ਮੰਨਦਾ ਸੂਰਜ ਨਿਕਲੇ ਧੁੱਪ ਪੈ ਰਹੀ ਹੈ ਤੇ ਇਸ ਮੰਤਨ ਨੂੰ ਡੂੰਗੇ ਤੋਂ ਡੂੰਗੇ ਸੰਕਲਪ ਵਿੱਚ ਪੇਸ਼ ਕਰਵਾਉਂਦਾ ਹੈ। ਇੱਕ ਘੜੀ ਆਉਂਦੀ ਹੈ ਕਿ ਉਹਦੇ ਸਾਹ ਸਾ ਉਹਦਾ ਰੋਮ ਰੋਮ ਉਹਦੇ ਪ੍ਰਾਣ ਦਾ ਕਣ ਕਣ ਜਾਣਦਾ ਹੈ ਕਿ ਧੁੱਪ ਪੈ ਰਹੀ ਹੈ ਫਿਰ ਪਸੀਨਾ ਕਿਵੇਂ ਨਹੀਂ ਨਿਕਲੇਗਾ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਹਾਲਾਤ ਦਬਾ ਦਿੱਤੇ ਗਏ ਮਨ ਦੇ ਹਾਲਾਤ ਪ੍ਰਭਾਵੀ ਹੋ ਗਏ ਸਭ ਯੋਗ ਇੱਕ ਅਰਥ ਵਿੱਚ ਹਾਲਾਤ ਨੂੰ ਦਬਾ ਕੇ ਮਨ ਦੀ ਹਾਲਤ ਨੂੰ ਮਨ ਦੀ ਹਾਲਤ ਨੂੰ ਉੱਪਰ ਲਿਆਉਣ ਦਾ ਹੈ ਤੇ ਸਭ ਸੰਸਾਰਕਤਾ ਇੱਕ ਅਰਥ ਵਿੱਚ ਹਾਲਾਤ ਦੇ ਹੀਠਾ ਮੰਦੀ ਹਾਲਤ ਨੂੰ ਦਬਾ ਕੇ ਜੀਣ ਦਾ ਨਾਂ ਹੈ ਪਰ ਸ਼ੰਕਰ ਦੇ ਜਿਨ੍ਹਾਂ ਮਿੱਤਰਾਂ ਨੂੰ ਉਹ ਸਰੀਰ ਨੂੰ ਰੱਖਣਾ ਪਿਆ ਸੁਰੱਖਿਤ ਇਹ ਗੱਲ ਕਦੇ ਕਹੀ ਨਹੀਂ ਗਈ ਇਹ ਗੱਲ ਕਦੇ ਠੀਕ ਤਰ੍ਹਾਂ ਲਿਖੀ ਵੀ ਨਹੀਂ ਗਈ ਕਿ ਉਹਨਾਂ ਨੇ ਕੀਤਾ ਕੀ ਇਸ ਆਦਮੀ ਦੇ ਪ੍ਰਾਣ ਚਲੇ ਗਏ ਇਹਨੂੰ 6 ਮਹੀਨੇ ਤੱਕ ਕੀ ਕੀਤਾ 6 ਮਹੀਨੇ ਤੱਕ ਇੱਕ ਹਿੱਸਾ ਮਿੱਤਰਾਂ ਦਾ ਇਸ ਸਰੀਰ ਨੂੰ ਘੇਰੀ ਬੈਠਾ ਰਿਹਾ ਉਹ ਅਖੰਡ ਸੀ ਘੇਰਾ ਉਸ ਦੀ ਇੱਕ ਨਿਸ਼ਚਿਤ ਗਿਣਤੀ ਪੂਰੇ ਸਮੇਂ ਮੌਜੂਦ ਰਹਿਣੀ ਚਾਹੀਦੀ ਹੈ ਉਸ ਵਿੱਚੋਂ ਕੋਈ ਵਿਚਾਲਿਓ ਬਦਲਦਾ ਸੀ ਪਰ 24 ਘੰਟੇ ਚਤਨ ਇੱਕ ਖਾਸ ਹਾਲਤ ਵਿੱਚ ਉਸ ਮਾਹੌਲ ਉਹ ਮਾਹੌਲ ਉਸ ਗੁਫਾ ਦਾ ਰਹਿਣਾ ਚਾਹੀਦਾ ਹੈ ਤੇ ਨਿਸ਼ਚਿਤ ਤਰੰਗਾਂ ਉੱਥੇ ਪਹੁੰਚਦੀਆਂ ਰਹੀਆਂ ਚਾਹੀਦੀਆਂ ਇਹ ਸਾਰੇ ਜਣੇ ਲਗਭਗ 7 ਜਣੇ ਉੱਥੇ ਬੈਠ ਕੇ ਇਸ ਭਾਵਤ ਹੋਣੇ ਚਾਹੀਦੇ ਆ ਕਿ ਅਸੀਂ ਸਾਹ ਨਹੀਂ ਲੈ ਰਹੇ ਆ ਸਾਹ ਸ਼ੰਕਰ ਦਾ ਸਰੀਰ ਲੈ ਰਿਹਾ ਅਸੀਂ ਨਹੀਂ ਜੀ ਰਹੇ ਆ ਜੀ ਸ਼ੰਕਰ ਦਾ ਸਰੀਰ ਰਿਹਾ ਇਹਨਾਂ ਸਾਰਿਆਂ ਦੇ ਸਰੀਰ ਦੀਆਂ ਬਿਜਲੀ ਧਾਰਾਂ ਸ਼ੰਕਰ ਦੇ ਸਰੀਰ 'ਚ ਦੌੜਦੀਆਂ ਰਹਿਣੀਆਂ ਚਾਹੀਦੀਆਂ ਹਨ ਇਹਨਾਂ ਸਾਰੇ ਸੱਤਾਂ ਵਿਅਕਤੀਆਂ ਦੇ ਹੱਥ ਸ਼ੰਕਰ ਦੇ ਸੱਤੇ ਚੱਕਰਾਂ ਉੱਤੇ ਹੋਣੇ ਚਾਹੀਦੇ ਆ ਉਹਨਾਂ ਦੇ ਸਾਰੇ ਸਰੀਰ ਦੀਆਂ ਬਿਜਲੀ ਧਾਰਾਂ ਸੱਤਾ ਚੱਕਰਾਂ 'ਚ ਉਰਾਈਆਂ ਜਾਣੀਆਂ ਚਾਹੀਦੀਆਂ ਤਾਂ ਇਹ ਸਰੀਰ 6 ਮਹੀਨੇ ਤੱਕ ਸੁਰੱਖਿਅਤ ਰਹੇਗਾ ਧੰਨਵਾਦ